ਚੁੱਪ ਕਰ ਜਾ। ਹਾਂਜੀ ਇੱਕ ਮਿੰਟ ਯਾਰ ਬਾਈ, ਓਏ ਤਾਂ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕਸ਼ਾਹੀ 12 ਜੇਠ 550 ਮਿਤੀ 30 ਮਈ 2018 ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੰਘ ਸਾਹਿਬਾਨਾਂ ਦੀ ਇੱਕ ਜ਼ਰੂਰੀ ਇਕੱਤਰਤਾ ਹੋਈ। ਗੁਰਮਤਿ ਸਿਧਾਂਤ ਦੀ ਰੋਸ਼ਨੀ ਵਿੱਚ ਦੀਰਘ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ। ਨਿਊਜ਼ੀਲੈਂਡ ਵਿੱਚ ਰੇਡੀਓ ਵਿਰਸਾ ਚਲਾ ਰਿਹਾ ਹਰਨੇਕ ਸਿੰਘ ਨੇਕੀ, ਜੋ ਗੁਰਬਾਣੀ, ਗੁਰੂ ਸਾਹਿਬਾਨ, ਸਿੱਖ ਇਤਿਹਾਸ, ਸਿੱਖ ਸ਼ਖਸੀਅਤਾਂ, ਸਿੱਖ ਸਿਧਾਂਤਾਂ ਦੇ ਖਿਲਾਫ਼ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ, ਜਿਸ ਨਾਲ ਸ਼ਰਧਾਵਾਨ ਗੁਰਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਹਨ। ਗੁਰਨਿੰਦਕ ਹਰਨੇਕ ਸਿੰਘ ਨੇਕੀ ਦੇ ਖਿਲਾਫ਼ ਨਿਊਜ਼ੀਲੈਂਡ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਸੰਸਥਾਵਾਂ ਵੱਲੋਂ ਮਤਾ ਵੀ ਪਾਸ ਕੀਤਾ ਗਿਆ ਸੀ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਉਸ ਦੇ ਖਿਲਾਫ਼ ਗੁਰਮਤਿ ਅਨੁਸਾਰ ਕਾਰਵਾਈ ਕਰਨ ਲਈ ਟੈਲੀਫੋਨ, ਈਮੇਲ ਅਤੇ ਲਿਖਤੀ ਸ਼ਿਕਾਇਤ ਪੱਤਰ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਮਿਲੇ ਹਨ, ਜਿਨ੍ਹਾਂ ਨੂੰ ਵਾਚਦਿਆਂ ਪੂਰੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਅੱਜ ਪੰਥ ਦੀ ਚੱਲੀ ਆ ਰਹੀ ਮਰਿਆਦਾ ਅਨੁਸਾਰ ਹਰਨੇਕ ਸਿੰਘ ਨੇਕੀ 24A ਗਲੇਨ ਰੋਡ ਡਰਾਈਵ ਮੈਨੂਰੇਵਾ ਆਕਲੈਂਡ ਨਿਊਜ਼ੀਲੈਂਡ ਨੂੰ ਉਸ ਦੀਆਂ ਪੰਥ ਵਿਰੋਧੀ ਕਾਰਵਾਈਆਂ ਕਾਰਨ ਸਿੱਖ ਪੰਥ 'ਚੋਂ ਖਾਰਜ ਕਰਨ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ। ਕੋਈ ਵੀ ਗੁਰੂ ਕਾ ਸਿੱਖ ਉਸ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਾ ਰੱਖੇ, ਗੁਰਬਾਣੀ, ਗੁਰ ਇਤਿਹਾਸ, ਇਤਿਹਾਸਕ ਸਰੋਤਾਂ ਉੱਪਰ ਸ਼ੰਕਾ ਖੜ੍ਹਾ ਕਰਨ ਵਾਲੇ ਪ੍ਰਚਾਰਕਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣ ਦੀ ਸਖ਼ਤ ਤਾੜਨਾ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਵਿੱਚ ਕੋਈ ਸਪਸ਼ਟੀਕਰਨ ਲੈਣ ਦੀ ਲੋੜ ਨਹੀਂ ਪੈਂਦੀ। ਜੋ ਹਰਨੇਕ ਨੇਕੀ ਨੇ ਗੁਰ ਇਤਿਹਾਸ ਦੇ ਖਿਲਾਫ਼, ਗੁਰੂ ਸਾਹਿਬਾਨਾਂ ਦੇ ਖਿਲਾਫ਼, ਸਿੱਖ ਸਿਧਾਂਤਾਂ ਦੇ ਖਿਲਾਫ਼ ਕੂੜ ਦਾ ਪ੍ਰਚਾਰ ਜਿਸ ਹਿਸਾਬ ਨਾਲ ਕੀਤਾ, ਉਹਨੂੰ ਬਹੁਤ ਸਾਰੇ ਲੋਕਾਂ ਨੇ ਰੋਕਿਆ, ਪਰ ਉਹ ਨਹੀਂ ਰੁਕਿਆ। ਇਹ ਕਿਸੇ ਵੀ ਕੀਮਤ 'ਤੇ ਬਖਸ਼ਣ ਯੋਗ ਨਹੀਂ, ਇਸ ਲਈ ਇਹਨੂੰ ਸਿੱਧੀ ਸਜ਼ਾ ਜਿਹੜੀ ਉਹ ਲਾਉਣੀ ਯੋਗ ਹੈ। ਗੁਰੂ ਦਾ ਇਤਿਹਾਸ ਬੜਾ ਵੱਡਮੁੱਲਾ ਹੈ,
ਇਹਦੇ ਖਿਲਾਫ ਕੋਈ ਵੀ ਐਸੀ ਪਲਾਂਗ ਪੁੱਟਦਾ ਜਾਂ ਯਤਨ ਕਰਦਾ ਉਹਨੂੰ ਕਿਸੇ ਵੀ ਕੀਮਤ ਤੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਮਾਫ ਨਹੀਂ ਕੀਤਾ ਜਾ ਸਕਦਾ। ਪਰ ਦੂਸਰੇ ਪਾਸੇ ਸਿੱਖ ਇਤਿਹਾਸ ਇੰਨਾ ਵਿਸ਼ਾਲ ਹੈ ਕਿ ਜਿਹੜਾ ਚੱਲ ਕੇ ਨਿਮਰਤਾ ਸਹਿਤ ਗੁਰੂ ਘਰ ਆ ਕੇ ਉਹ ਮਾਫ਼ੀ ਮੰਗਦਾ, ਉਹ ਆਪਣੀ ਭੁੱਲ ਬਖਸ਼ਾਉਂਦਾ ਅਤੇ ਸਿਧਾਂਤ ਗੁਰੂ ਦਾ ਪੰਥ ਉਹਨੂੰ ਮਾਫ ਕਰਦਾ। ਜੇ ਨੇਕੀ ਆ ਕੇ ਭੁੱਲ ਬਖਸ਼ਾਏਗਾ ਜੀ, ਉਹਨੂੰ ਮਾਫ ਕੀਤਾ ਜਾ ਸਕਦਾ? ਕੱਲ ਨੂੰ ਕੌਮ ਦੇ ਅੱਗੇ ਪੇਸ਼ ਹੋ ਜਾਂਦਾ, ਆਪ ਜੀ ਦੇ ਅੱਗੇ ਪੇਸ਼ ਹੋ ਜਾਂਦਾ, ਹਰਨੇਕ ਸਿੰਘ ਨੇਕੀ ਆਪਣੀ ਗਲਤੀ ਮੰਨ ਲੈਂਦਾ। ਕੋਈ ਵੀ ਬੰਦਾ ਉਹ ਜਦੋਂ ਸਮਾਂ ਆਊਗਾ, ਜਦੋਂ ਉਹ ਸਾਨੂੰ ਕੋਈ ਵੀ ਬੰਦਾ ਕੋਈ ਵੀ ਦੋਸ਼ੀ ਜਿਹੜਾ ਇੱਥੇ ਜਦੋਂ 1984 ਦੇ ਵਿੱਚ ਅਟੈਕ ਹੋਇਆ ਸੀ ਅਤੇ ਬੂਟਾ ਸਿੰਘ ਇੱਥੇ ਆਇਆ ਸੀ, ਉਹਨੇ ਗਲ ਵਿੱਚ ਤਖਤੀ ਪਾ ਕੇ ਇੱਥੇ ਆ ਕੇ ਮਾਫ਼ੀ ਮੰਗੀ ਸੀ, ਔਰ ਸੁਰਜੀਤ ਸਿੰਘ ਬਰਨਾਲਾ ਜਿਹਦੇ ਸਮੇਂ ਬਲੈਕ ਥੰਡਰ ਹੋਇਆ ਸੀ ਉਹ ਆਇਆ ਸੀ ਅਤੇ ਉਹਨੂੰ ਪੰਥ ਨੇ ਇੱਥੋਂ ਮਾਫ਼ ਕੀਤਾ ਸੀ। ਸਿੰਘ ਸਾਹਿਬ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹਰਨੇਕ ਸਿੰਘ ਨੇਕੀ ਬਾਰੇ ਗੱਲ ਚੱਲਦੀ, ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਵੀ ਇਹ ਗੱਲ ਚੱਲਦੀ ਵੀ ਗੁਰ ਇਤਿਹਾਸ ਵਿਗਾੜ ਕੇ ਪੇਸ਼ ਕਰ ਰਹੇ, ਉਹਦੇ ਖਿਲਾਫ਼ ਕੋਈ ਕਾਰਵਾਈ? ਅਸੀਂ ਆ ਜਿਹੜੇ ਪਿਛਲੀ ਲਾਈਨ ਪਾਈ ਆ ਉਹਦੇ ਵਿੱਚ ਅਸੀਂ ਜਿਹੜੇ ਪ੍ਰਚਾਰਕ ਗੁਰ ਇਤਿਹਾਸ ਨੂੰ ਗੁਰ ਸਿਧਾਂਤ ਨੂੰ ਤੋੜਦੇ ਮਰੋੜਦੇ ਨੇ ਜਾਂ ਕੋਸ਼ਿਸ਼ ਕਰਦੇ ਨੇ, ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਖ਼ਤ ਤਾੜਨਾ ਕੀਤੀ ਹੈ। ਔਰ ਅਸੀਂ ਅੱਜ ਇੱਥੋਂ ਇਹ ਵੀ ਕਹਾਂਗੇ ਕਿ ਜਿਹੜਾ ਇਹ ਵਾਦ ਵਿਵਾਦ ਦਮਦਮੇ ਟਕਸਾਲ ਦਾ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਚੱਲ ਰਿਹਾ, ਇਹਨੂੰ ਇੱਥੇ ਬੰਦ ਕਰਨਾ ਚਾਹੀਦਾ। ਜੇ ਆਪਸ ਵਿੱਚ ਕੋਈ ਮਤਭੇਦ ਹਨ, ਪੰਥ ਬੜਾ ਵੱਡਾ, ਪੰਥ ਦੇ ਵਿੱਚ ਬੈਠ ਕੇ ਇਹਦਾ ਹੱਲ ਲੱਭਿਆ ਜਾ ਸਕਦਾ। ਔਰ ਦੂਸਰੇ ਪਾਸੇ ਅਸੀਂ ਇਹ ਵੀ ਕਹਾਂਗੇ ਕਿ ਅੱਜ ਸਿੱਖ ਕੌਮ ਦਾ ਦੁਸ਼ਮਣ ਬੜਾ ਤਗੜਾ, ਇੰਨਾ ਤਗੜਾ ਹੋ ਗਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸੁਰੱਖਿਅਤ ਨਹੀਂ ਰਹੇ, ਜਿੱਥੇ ਅਸੀਂ ਅਰਦਾਸ ਕਰਦੇ ਹਾਂ, ਜਿੱਥੇ ਅਸੀਂ ਸ਼ਰਧਾ ਰੱਖਦੇ ਹਾਂ। ਇਹ ਕਿਹੜੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਦੇ ਨੇ, ਬੇਅਦਬੀ ਕਰਦੇ ਨੇ, ਇਹਨਾਂ ਨਾਲ ਲੜਨ ਦੀ ਅੱਜ ਲੋੜ ਹੈ। ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ, ਨਾ ਕਿ ਆਪਸ ਵਿੱਚ ਲੜਨ ਦੀ। ਸਭ ਤੋਂ ਪਹਿਲਾਂ ਜਿਹੜਾ ਸਾਡਾ ਮੇਨ ਦੁਸ਼ਮਣ ਆ, ਅਸੀਂ ਉਹਦੇ ਨਾਲ ਲੜਾਈ ਸਿਹਤ ਕਰੀਏ, ਉਸ ਤੋਂ ਬਾਅਦ ਜਿਹੜੇ ਸਾਡੇ ਅੰਦਰੂਨੀ ਮਾਮਲੇ ਨੇ ਉਹਨਾਂ ਦੇ ਬਾਰੇ ਵਿਚਾਰ ਹੋ ਸਕਦਾ ਹੈ। ਔਰ 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਵਨ ਸਰੂਪ 2015 1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋਏ ਸਨ, ਉਸ ਤੋਂ ਬਾਅਦ ਲਗਾਤਾਰ ਬੇਅਦਬੀ ਜਿਹੜੀ ਅੱਜ ਤੱਕ ਜਾਰੀ ਹੈ, ਨਾ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਰੁਕੀ, ਨਾ ਅੱਜ ਰੁਕਣ ਦਾ ਨਾਂ ਲੈ ਰਹੀ ਹੈ। ਸਾਡੇ ਸਿੰਘ ਵੀ ਸ਼ਹੀਦ ਕੀਤੇ ਗਏ। 1 ਜੂਨ ਨੂੰ ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਇਕੱਠ ਸੱਦਿਆ ਸਮੂਹ, ਅਸੀਂ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਕਿ ਉੱਥੇ ਇਕੱਠੇ ਹੋ ਕੇ ਜਿਹੜੀਆਂ ਸਰਕਾਰਾਂ ਜਾਂ ਜਿਹੜੀਆਂ ਏਜੰਸੀਆਂ ਇਹ ਕਹਿੰਦੀਆਂ ਨੇ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਭੁੱਲ ਗਏ ਨੇ, ਅਸੀਂ ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ, ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਅਸੀਂ ਜਿਹੜਾ ਹਿਸਾਬ ਕਿਤਾਬ ਆ ਉਹ ਸਰਕਾਰਾਂ ਤੋਂ ਲੈਣਾ। ਅਗਰ ਸਰਕਾਰਾਂ ਆਨਾਕਾਨੀ ਕਰਦੀਆਂ ਜਿਵੇਂ ਕਿ ਕਰਦੀਆਂ ਆ ਰਹੀਆਂ, ਫਿਰ ਖਾਲਸਾ ਪੰਥ 1 ਜੂਨ ਨੂੰ
ਉੱਥੇ ਆਪਣਾ ਸਲਾਹ ਕਰਕੇ ਆਪਣਾ ਕੋਈ ਫੈਸਲਾ ਲਊਗਾ। ਦੇਖੋ ਸਾਨੂੰ ਕੋਈ ਫਰਕ ਨਹੀਂ ਪੈਂਦਾ, ਇਹ ਜਦੋਂ ਮਾਮਲੇ ਦਰਜ ਹੋਏ ਸੀ ਦੇਸ਼ ਧਰੋਹ ਦੇ ਕੇਸ ਸਾਡੇ ਉੱਤੇ, ਕਿਉਂਕਿ ਅਸੀਂ ਆਪੇ ਦੇ ਬਣੇ ਨੇ ਸੀ, ਸਾਨੂੰ ਖਾਲਸਾ ਪੰਥ ਨੇ ਚੁਣਿਆ, ਅਸੀਂ ਕੋਈ ਗੁਨਾਹ ਨਹੀਂ ਸੀ ਕੀਤਾ ਅਤੇ ਨਾ ਖਾਲਸਾ ਪੰਥ ਨੇ ਕੀਤਾ ਸੀ। ਸਰਕਾਰ ਨੂੰ ਉਦੋਂ ਗਲਤ ਲੱਗਿਆ ਅਤੇ ਉਹਨੇ ਪਰਚਾ ਦਰਜ ਕਰ ਦਿੱਤਾ, ਅਤੇ ਜੇ ਸਰਕਾਰ ਨੂੰ ਹੁਣ ਵੀ ਗਲਤ ਲੱਗਦਾ ਤਾਂ ਉਹ ਪਰਚਾ ਨਾ ਵਾਪਸ ਲਵੇ, ਸਾਨੂੰ ਪਰਚਿਆਂ ਦੀ ਕੋਈ ਪਰਵਾਹ ਨਹੀਂ। ਸਾਡਾ ਮੇਨ ਮਸਲਾ ਇਹ ਹੈ ਕਿ ਅਸੀਂ ਜਿਹੜੀ ਆਪਣੀ ਲੜਾਈ ਆ ਸਿਧਾਂਤਾਂ ਦੇ ਮੁਤਾਬਕ ਲੜਨੀ ਹੈ, ਅਤੇ ਉਹਦੇ ਵਾਸਤੇ ਅਸੀਂ ਜਿਹੜੇ ਯਤਨਸ਼ੀਲ ਹਾਂ, ਅਤੇ ਨਾ ਅਸੀਂ ਪਹਿਲਾਂ ਘਬਰਾਏ ਸੀ ਅਤੇ ਨਾ ਅਸੀਂ ਹੁਣ ਘਬਰਾਏ ਹਾਂ। ਅਸੀਂ ਕੋਈ ਸਰਕਾਰ ਕੋਲੋਂ ਭੀਖ ਨਹੀਂ ਮੰਗਦੇ, ਇਹ ਸਰਕਾਰ ਦਾ ਫਰਜ਼ ਹੈ, ਸਰਕਾਰ ਆਪਣਾ ਫਰਜ਼ ਨਿਭਾਵੇ। ਅਗਰ ਉਹ ਫਰਜ਼ ਨਹੀਂ ਨਿਭਾ ਸਕਦੀ ਤਾਂ ਫਿਰ ਹੱਥ ਖੜੇ ਕਰਕੇ ਕੁਰਸੀਆਂ ਤੋਂ ਉੱਠ ਕੇ ਆਪੋ ਆਪਣੇ ਘਰਾਂ ਦੇ ਵਿੱਚ ਸਰਕਾਰ ਨੂੰ ਆ ਜਾਣਾ ਚਾਹੀਦਾ। ਸਰਕਾਰ ਜੋ ਉਲੰਘਣ ਛੇ ਜੂਨ ਨੂੰ ਹਰ ਸਾਲ ਦੀ ਤਰ੍ਹਾਂ ਜਿਹੜਾ ਪ੍ਰੋਗਰਾਮ ਆ ਸਾਡੇ ਵੱਲੋਂ ਹਮੇਸ਼ਾ ਸ਼ਾਂਤਮਈ ਢੰਗ ਦੇ ਨਾਲ ਹੁੰਦਾ ਆ, ਅਤੇ ਇਸ ਵਾਰੀ ਵੀ ਹੋਊਗਾ। ਜੋ ਸਾਡੀ ਖਾਲਸਾ ਪੰਥ ਨੇ ਸਿੱਖ ਕੌਮ ਨੇ ਡਿਊਟੀ ਲਾਈ ਹੈ ਕਿ ਸਿੱਖ ਕੌਮ ਦੇ ਨਾਂ 'ਤੇ ਅਸੀਂ ਸੰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਨਾ, ਅਤੇ ਅਸੀਂ ਇਹ ਵੀ ਚਾਹਵਾਂਗੇ ਕਿ ਐਸ ਜੀ ਪੀ ਸੀ ਟਕਰਾਓ ਦੇ ਵਿੱਚ ਨਾ ਆਵੇ। ਐਸ ਜੀ ਪੀ ਸੀ ਨੂੰ ਚਾਹੀਦਾ ਹੈ ਕਿ ਇੱਥੇ ਗੁਰੂ ਘਰ ਸਾਰਿਆਂ ਦਾ ਸਾਂਝਾ, ਅਤੇ ਅਮਨ ਸ਼ਾਂਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣਾ ਚਾਹੀਦਾ। ਜਿਹੜੇ ਨਵੇਂ ਬਣੇ ਪ੍ਰਧਾਨ ਨੇ ਗੋਬਿੰਦ ਲੌਂਗੋਵਾਲ, ਗੋਬਿੰਦ ਸਿੰਘ ਲੌਂਗੋਵਾਲ, ਮੈਂ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਪ੍ਰੈਸ ਦੇ ਰਾਹੀਂ ਉਹਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਖਾਲਸਾ ਜੀ ਪ੍ਰਧਾਨ ਸਾਹਿਬ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਕਿਤੇ ਵੀ ਜਾ ਕੇ 3 ਸਾਲ ਤੋਂ ਲਗਾਤਾਰ ਸਿੱਖ ਪੰਥ 'ਤੇ ਅਸੀਂ ਵੇਖ ਰਹੇ ਗੱਲ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ। ਜੇ ਤੁਸੀਂ ਇਮਾਨਦਾਰੀ ਨਾਲ ਪ੍ਰਧਾਨਗੀ ਕਰਦੇ ਹੋ ਤਾਂ ਆਓ ਫਿਰ 1 ਜੂਨ ਨੂੰ ਇੱਥੇ ਬਰਗਾੜੀ ਦੀ ਦਾਣਾ ਮੰਡੀ 'ਚ ਆਓ, ਪੰਥ ਰਲ ਕੇ ਕੋਈ ਆਪਣਾ ਫੈਸਲਾ ਲਵੇ। ਪਿਛਲੇ ਸਾਲ ਬਡੂੰਗਰ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਸਲਾਹ ਮਸ਼ਵਰਾ ਕਰਕੇ ਸ਼ਾਂਤੀ ਦੇ ਨਾਲ ਇਹ ਮਨਾਉਣਾ ਚਾਹੁੰਦੇ ਹਾਂ, ਅਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤਾਂ ਪਹਿਲਾਂ ਹੀ ਸ਼ਾਂਤੀ ਵਿੱਚ ਰਹਿੰਦੇ ਹਾਂ, ਤੁਸੀਂ ਆਪਣੇ ਆਪ ਨੂੰ ਸੰਭਾਲੋ। ਉਹਨਾਂ ਨੇ ਬੇਸ਼ੱਕ ਸਾਡੇ ਨਾਲ ਮੀਟਿੰਗ ਕੀਤੀ ਸੀ, ਪਰ ਐਨ ਮੌਕੇ ਦੇ ਉੱਤੇ ਆ ਕੇ ਬਡੂੰਗਰ ਸਾਹਿਬ ਦੀ ਕੋਈ ਪੇਸ਼ ਨਹੀਂ ਚੱਲੀ, ਅਤੇ ਫਿਰ ਉਹੋ ਹੀ ਕਈ ਘਵਾੜਾ ਸਾਡੇ ਉੱਤੇ ਚੱਲਿਆ, ਅਤੇ ਜਿਹਦਾ ਪੰਥ ਨੇ ਸਾਥ ਦਿੱਤਾ, ਅਤੇ ਅਸੀਂ ਆਪਣੇ ਕਾਰਜ ਵਿੱਚ ਸਫਲ ਹੋਏ ਸੀ। ਜਿਹੜੇ ਇਤਿਹਾਸ ਦੇ ਸਰੋਤਾਂ ਦੇ ਵਿੱਚ ਜਿਹੜਾ ਅਲਾਵਟ ਹੋਈ ਹੈ ਨਾ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ, ਜਗਜੀਤ ਸਿੰਘ ਸਵਾਲ ਕਰ ਰਹੇ ਸੀ, ਜੋ ਸਾਡੇ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਕੋਈ ਮਿਲਾਵਟ ਹੋਈ ਆ, ਕੋਈ ਵੀ ਸਿੱਖ ਪ੍ਰਚਾਰਕ ਵਿਦਵਾਨ, ਕਿੱਡੇ ਮਹਾਤਮਾ ਵਿਦਵਾਨ ਹੋਏ ਆ, ਉਹਨਾਂ ਨੇ ਕਦੇ ਉਹਨਾਂ ਮਿਲਾਵਟਾਂ ਨੂੰ ਪ੍ਰਚਾਰਿਆ ਨਹੀਂ। ਜਿਹੜੀਆਂ ਗੁਰ ਸਿਧਾਂਤ ਗੁਰਬਾਣੀ ਦੇ ਗੁਰਮਰਿਆਦਾ ਅਤੇ ਖਰੀਆਂ ਸਾਖੀਆਂ ਉਤਰਦੀਆਂ ਉਹੀ ਸੰਗਤ ਵਿੱਚ ਪ੍ਰਚਾਰੀਆਂ ਜਾਂਦੀਆਂ ਸੀਗੀਆਂ। ਸਾਡੇ ਸਿੱਖ ਇਤਿਹਾਸ ਦੇ ਵਿੱਚ
ਜਿਹੜੀਆਂ ਨੇ ਮਿਲਾਵਟਾਂ ਕੀਤੀਆਂ ਨੇ ਉਹਨਾਂ ਮਿਲਾਵਟਾਂ ਨੂੰ ਕੀਤਾ ਜਾ ਸਕੇ। ਮੈਂ ਬੇਨਤੀ ਕਰਨੀ ਚਾਹੂੰਗਾ ਸਿੱਖ ਪ੍ਰਚਾਰਕਾਂ ਨੂੰ, ਰਾਗੀ ਢਾਡੀ ਸੰਤ ਮਹਾਤਮਾ ਪ੍ਰਚਾਰਕ, ਉਹਨਾਂ ਗੱਲਾਂ ਨੂੰ ਜਿਹੜੀਆਂ ਕਿ ਅੱਜ ਤੱਕ ਨਹੀਂ ਪ੍ਰਚਾਰੀਆਂ ਗਈਆਂ, ਜਿਹੜੀਆਂ ਨੇ ਜਿਨ੍ਹਾਂ ਨੂੰ ਜਿਹੜਾ ਸੀਗਾ, ਬਹੁਤ ਸਾਰੇ ਵਿਦਵਾਨ ਜਦੋਂ ਕਥਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਰਦੇ ਆ, ਪੰਥ ਪ੍ਰਕਾਸ਼ ਦੀ ਕਰਦੇ ਆ ਜਾਂ ਹੋਰ, ਤਾਂ ਉਹਨਾਂ ਸਾਖੀਆਂ ਜਿਹੜੀਆਂ ਕੋਈ ਮਿਲਾਵਟ ਲੱਗਦੀ ਉਹਨੂੰ ਛੱਡ ਦਿੰਦੇ ਆ। ਜਿਹੜੇ ਅਜੋਕੇ ਸਮੇਂ ਦੇ ਪ੍ਰਚਾਰਕ ਆ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂੰ ਕਿ ਉਹਨਾਂ ਦੀ ਵਿਦਵਤਾ ਇਹੀ ਆ ਕਿ ਉਹ ਮਿਲਾਵਟ ਵਾਲੀਆਂ ਗੱਲਾਂ ਨੂੰ ਸੰਗਤਾਂ 'ਚ ਪ੍ਰਚਾਰ ਕੇ ਅਤੇ ਵਾਹਵਾ ਵਾਹਵਾ ਕਰਵਾਈ ਜਾਵੇ ਕਿ ਇਹ ਬੜਾ ਖੋਜੀ, ਇਹ ਬੜਾ ਵਿਦਵਾਨ ਆ, ਏਡੇ ਏਡੇ ਮਹਾਤਮਾ ਵਿਦਵਾਨ ਹੋਏ ਆ, ਉਹਨਾਂ ਨੇ ਕਦੇ ਉਹਨਾਂ ਗੱਲਾਂ ਨੂੰ ਉਭਾਰਿਆ ਨਹੀਂ। ਸੋ ਸਾਡਾ ਜਿਹੜਾ ਇਤਿਹਾਸ ਦੁੱਧ ਵਰਗਾ, ਜੇ ਦੁੱਧ ਵਿੱਚ ਕੱਖ ਪਿਆ ਤਾਂ ਸਾਨੂੰ ਕੱਖ ਕੱਢ ਕੇ ਦੁੱਧ ਵਰਤ ਲੈਣਾ ਚਾਹੀਦਾ। ਇਹ ਨਹੀਂ ਆ ਕਿ ਕੱਖ ਪਏ ਦੇ ਕਾਰਨ ਸਾਰੇ ਦੁੱਧ ਨੂੰ ਡੋਲ ਦੇਣਾ ਚਾਹੀਦਾ, ਜੋ ਹਾਂ ਕੱਖ ਜਿਹੜਾ ਉਹ ਕੱਢ ਦੇਣਾ ਚਾਹੀਦਾ। ਔਰ ਇਹਦੇ ਵਾਸਤੇ ਪੰਥ ਦੀ ਏਕਤਾ ਜਿਹੜੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਾਰੇ ਵਿਦਵਾਨ ਬੈਠ ਕੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੀ ਪੰਥ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਏਕਤਾ ਦੇ ਨਾਲ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਆਉਣ ਵਾਲੇ ਸਮੇਂ 'ਚ ਤੁਸੀਂ ਬਣੇ, ਤੁਸੀਂ ਦੇਖਿਆ ਕਿ ਹੁਣ ਤੱਕ ਇਸ ਤਰ੍ਹਾਂ ਦਾ ਸਮਾਂ ਹੀ ਨਹੀਂ ਬਣ ਸਕਿਆ। ਜੋ ਸਾਡੇ ਤਖਤ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਸਿਆਸਤ ਨੇ ਏਡੀ ਗੰਦੀ ਲਪੇਟ 'ਚ ਲਿਆ ਹੋਇਆ, ਸਭ ਤੋਂ ਪਹਿਲਾਂ ਸਾਨੂੰ ਆਪਣੇ ਤਖਤ ਅਤੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਯਾਦ ਕਰਾਉਣੀਆਂ ਪੈਣਗੀਆਂ। ਜਦੋਂ ਉਹ ਆਜ਼ਾਦ ਹੋ ਕੇ ਸੰਸਥਾਵਾਂ ਸਹੀ ਸਿੱਖਾਂ ਦੇ ਹੱਥਾਂ ਵਿੱਚ ਆ ਜਾਣਗੀਆਂ ਤਾਂ ਮੈਂ ਸਮਝਦਾ ਉਦੋਂ ਜੋ ਇਤਿਹਾਸ ਵਿੱਚ ਮਿਲਾਵਟਾਂ ਹੋਈਆਂ ਨੇ ਉਹਨਾਂ ਨੂੰ ਕੱਢਿਆ ਜਾ ਸਕਦਾ। ਸਿੱਖ ਸਾਹਿਬ ਆਰਐਸਐਸ ਵੱਲੋਂ ਆਪਣੀਆਂ ਕਿਤਾਬਾਂ ਸਿੱਖ ਇਤਿਹਾਸ ਨੂੰ ਤੋੜ ਤੋੜ ਕੇ ਪੇਸ਼ ਕੀਤਾ ਜਾ ਰਿਹਾ ਜੀ, ਪੰਜਾਬ ਸਰਕਾਰ ਵੱਲੋਂ ਵੀ ਸਿੱਖ ਇਤਿਹਾਸ ਨੂੰ ਘਟਾਇਆ ਗਿਆ ਆਪਣੇ ਸਿਲੇਬਸ ਤੋਂ ਜੀ। ਇਹ ਬਹੁਤ ਮਾੜੀ ਗੱਲ ਜਿਹੜੀ ਸੀ ਉਹ ਕੀਤੀ ਗਈ ਸੀ, ਉਹਦੇ ਵਾਸਤੇ ਅਸੀਂ ਉਸ ਵੇਲੇ ਵੀ ਆਵਾਜ਼ ਬੁਲੰਦ ਕੀਤੀ, ਸਾਰੀਆਂ ਸਿੱਖ ਸੰਸਥਾਵਾਂ ਨੇ ਆਵਾਜ਼ ਬੁਲੰਦ ਕੀਤੀ ਸੀ ਕਿ ਸਰਕਾਰ ਇੱਦਾਂ ਦੀ ਗਲਤੀ ਨਾ ਕਰੇ, ਸਗੋਂ ਜਿਹੜਾ ਸਿੱਖ ਇਤਿਹਾਸ ਨਹੀਂ ਦੱਸਿਆ ਗਿਆ ਉਹ ਵੀ ਸਾਡੇ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚ ਪਾਉਣਾ ਚਾਹੀਦਾ, ਪਹਿਲਾਂ ਵਾਲਾ ਇਤਿਹਾਸ ਨਹੀਂ ਘਟਾਉਣਾ ਚਾਹੀਦਾ। ਦੂਸਰਾ, ਜਿੱਥੋਂ ਤੱਕ ਆਰਐਸਐਸ ਦੇ ਜਿਹੜੀਆਂ ਕਿਤਾਬਾਂ ਲਿਖਣ ਦੀ ਗੱਲ ਆ, ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਸਿੱਖ ਇਤਿਹਾਸ ਨਹੀਂ ਲਿਖ ਰਹੇ ਕਿ ਜਿਹੜਾ ਸਿੱਖਾਂ 'ਚ ਮਿਲਾਵਟ ਵਾਲੀ ਗੱਲ ਹੋਵੇ। ਜੇਕਰ ਇਸ ਤਰ੍ਹਾਂ ਦਾ ਸਾਹਮਣੇ ਆਉਂਦਾ ਤਾਂ ਸਿੱਖ ਉਹਨੂੰ ਕਦੇ ਵੀ ਪ੍ਰਵਾਨ ਨਹੀਂ ਕਰਦੇ। ਸਿੱਖ ਇਤਿਹਾਸ ਨਾਂ ਦੀ ਪੁਸਤਕ SGPC ਵੱਲੋਂ ਛਾਪੀ ਗਈ, ਉਹਨੂੰ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਵੀ ਉਹਦੇ ਤੋਂ ਜਿਹੜੇ ਪੈਰ ਸੀ ਉਹ ਪਿਛਾਂ ਖਿੱਚਣੇ ਪਏ। ਸੋ ਮੈਂ ਸਮਝਦਾ ਕਿ ਜਿਹੜੀ ਮਿਲਾਵਟ ਵਾਲੀ ਗੱਲ ਹੈ ਇਸ ਤਰ੍ਹਾਂ ਦੀ, ਉਹਨੂੰ ਸਿੱਖ ਜਿਹੜਾ ਗੁਰੂ ਕਾ ਉਹ ਕਦੇ ਪ੍ਰਵਾਨ ਨਹੀਂ ਕਰਦਾ ਅਤੇ ਨਾ ਹੀ ਕਰੇਗਾ। ਫੋਟੋ ਕਰਾ ਲਈ ਸੰਦੇਸ਼, ਬਿਲਕੁਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜੋ ਮਰਯਾਦਾ ਹੈ, ਉਹ ਜੋ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਲਾਇਆ, ਉਹਨਾਂ ਦੀ ਗੈਰ ਹਾਜ਼ਰੀ ਵਿੱਚ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਲਾਏ ਹੋਏ ਆ, ਉਹ ਹਰ ਸਾਲ ਆਪਣੀ ਡਿਊਟੀ ਨਿਭਾਉਂਦੇ ਆ ਇੱਥੇ ਤਖ਼ਤ ਸਾਹਿਬ ਵਿਖੇ। ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੋਂ ਬਾਅਦ ਸ੍ਰੀ